ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਚੰਬਲ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਦੇ ਸਮੇਂ ਪੁਲਿਸ ਵੱਲੋਂ ਮਾਰੇ ਗਏ ਛਾਪੇ ਦੌਰਾਨ ਪੁਲਿਸ ਨੇ 3 ਟਰੈਕਟਰ ਟਰਾਲੀਆਂ ਅਤੇ 1 JCB ਮਸ਼ੀਨ ਨੂੰ ਹਿਰਾਸਤ ਵਿੱਚ ਲੈ ਕੇ 1 ਵਿਅਕਤੀ ਤੇ 22 ਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ASI ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਚੰਬਲ ਵਿਖੇ ਸੁਖਵਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਸੇਰੋਂ ਜੋ ਪਿੰਡ ਚੰਬਲ ਆਪਣੀ ਜ਼ਮੀਨ ਵਿੱਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਕਰ ਰਿਹਾ ਹੈ ਅਤੇ ਕਾਫ਼ੀ ਡੂੰਘਾਈ ਦੇ ਵਿੱਚ ਪੁੱਟ ਕੇ ਮਿੱਟੀ ਵੇਚ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਇੰਸਪੈਕਟਰ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਪਿੰਡ ਚੰਬਲ ਵਿਖੇ ਰੇਡ ਕੀਤੀ ਗਈ ਤਾਂ ਉੱਥੇ ਮੌਕੇ 'ਤੇ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਫਰਾਰ ਹੋ ਗਏ। ਉਹਨਾਂ ਕਿਹਾ ਕਿ ਪੁਲਿਸ ਵੱਲੋਂ 3 ਟਰੈਕਟਰ 1 JCB ਮਸ਼ੀਨ ਕਬਜ਼ੇ ਵਿੱਚ ਲੈ ਕੇ ਸੁਖਵਿੰਦਰ ਸਿੰਘ ਅਤੇ ਉਸਦੇ ਨਾਲ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਕੱਲ੍ਹ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਬਲ ਰੋਹੀ ਦੇ ਨਜ਼ਦੀਕ ਸੁਖਵਿੰਦਰ ਸਿੰਘ ਸਾਨੂੰ ਗੋਪਾਲ ਸਿੰਘ ਵਾਸੀ ਪਿੰਡ ਸੇਰੋਂ ਆਪਣੀ ਜ਼ਮੀਨ ਵਿੱਚੋਂ JCB ਲਗਾ ਕੇ ਟਰਾਲੀਆਂ ਨਾਲ ਮਿੱਟੀ ਦੀ ਪਟਾਈ ਕਰ ਰਿਹਾ, ਜਿੱਥੇ ਮਾਈਨਿੰਗ ਅਫਸਰ ਨੂੰ ਬੁਲਾਇਆ ਗਿਆ, ਰੇਡ ਕੀਤੀ। ਟਰੈਕਟਰ ਟਰਾਲੀਆਂ ਅਤੇ JCB ਦੇ ਡਰਾਈਵਰ ਮੌਕਾ ਤੋਂ ਦੌੜ ਗਏ, ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੌਕੇ 'ਤੇ 3 ਟਰੈਕਟਰ ਟਰਾਲੀਆਂ ਮਿੱਟੀ ਨਾਲ ਭਰੀਆਂ ਅਤੇ JCB ਕਬਜ਼ੇ ਲੈ ਗਈ ਆ। ਅਤੇ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਬਸ ਅਗਾਂਹ ਦੋਸ਼ੀਆਂ ਰੇਡ ਕੀਤੇ ਜਾ ਰਹੇ ਆ, ਗ੍ਰਿਫਤਾਰ ਕਰਕੇ ਪੇਸ਼ ਦਰਜ ਕੀਤਾ ਜਾਏਗਾ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਚੰਬਲ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਦੇ ਸਮੇਂ ਪੁਲਿਸ ਵੱਲੋਂ ਮਾਰੇ ਗਏ ਛਾਪੇ ਦੌਰਾਨ ਪੁਲਿਸ ਨੇ 3 ਟਰੈਕਟਰ ਟਰਾਲੀਆਂ ਅਤੇ 1 JCB ਮਸ਼ੀਨ ਨੂੰ ਹਿਰਾਸਤ ਵਿੱਚ ਲੈ ਕੇ 1 ਵਿਅਕਤੀ ਤੇ 22 ਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ASI ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਚੰਬਲ ਵਿਖੇ ਸੁਖਵਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਸੇਰੋਂ ਜੋ ਪਿੰਡ ਚੰਬਲ ਆਪਣੀ ਜ਼ਮੀਨ ਵਿੱਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਕਰ ਰਿਹਾ ਹੈ ਅਤੇ ਕਾਫ਼ੀ ਡੂੰਘਾਈ ਦੇ ਵਿੱਚ ਪੁੱਟ ਕੇ ਮਿੱਟੀ ਵੇਚ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਇੰਸਪੈਕਟਰ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਪਿੰਡ ਚੰਬਲ ਵਿਖੇ ਰੇਡ ਕੀਤੀ ਗਈ ਤਾਂ ਉੱਥੇ ਮੌਕੇ 'ਤੇ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਫਰਾਰ ਹੋ ਗਏ। ਉਹਨਾਂ ਕਿਹਾ ਕਿ ਪੁਲਿਸ ਵੱਲੋਂ 3 ਟਰੈਕਟਰ 1 JCB ਮਸ਼ੀਨ ਕਬਜ਼ੇ ਵਿੱਚ ਲੈ ਕੇ ਸੁਖਵਿੰਦਰ ਸਿੰਘ ਅਤੇ ਉਸਦੇ ਨਾਲ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਕੱਲ੍ਹ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਬਲ ਰੋਹੀ ਦੇ ਨਜ਼ਦੀਕ ਸੁਖਵਿੰਦਰ ਸਿੰਘ ਸਾਨੂੰ ਗੋਪਾਲ ਸਿੰਘ ਵਾਸੀ ਪਿੰਡ ਸੇਰੋਂ ਆਪਣੀ ਜ਼ਮੀਨ ਵਿੱਚੋਂ JCB ਲਗਾ ਕੇ ਟਰਾਲੀਆਂ ਨਾਲ ਮਿੱਟੀ ਦੀ ਪਟਾਈ ਕਰ ਰਿਹਾ, ਜਿੱਥੇ ਮਾਈਨਿੰਗ ਅਫਸਰ ਨੂੰ ਬੁਲਾਇਆ ਗਿਆ, ਰੇਡ ਕੀਤੀ। ਟਰੈਕਟਰ ਟਰਾਲੀਆਂ ਅਤੇ JCB ਦੇ ਡਰਾਈਵਰ ਮੌਕਾ ਤੋਂ ਦੌੜ ਗਏ, ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੌਕੇ 'ਤੇ 3 ਟਰੈਕਟਰ ਟਰਾਲੀਆਂ ਮਿੱਟੀ ਨਾਲ ਭਰੀਆਂ ਅਤੇ JCB ਕਬਜ਼ੇ ਲੈ ਗਈ ਆ। ਅਤੇ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਬਸ ਅਗਾਂਹ ਦੋਸ਼ੀਆਂ ਰੇਡ ਕੀਤੇ ਜਾ ਰਹੇ ਆ, ਗ੍ਰਿਫਤਾਰ ਕਰਕੇ ਪੇਸ਼ ਦਰਜ ਕੀਤਾ ਜਾਏਗਾ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।